ਬੰਦ ਕੀਤਾ, ਥਰਮਲ ਪਲਾਂਟ ਬੰਦ ਕੀਤਾ ਹੈਗਾ, ਜਿਹੜਾ ਚੰਗਾ ਭਲਾ ਏਮਸ ਦਾ ਕੰਮ ਚੱਲ ਰਿਹਾ ਸੀ, ਇੱਥੇ ਟੈਕਨੀਕਲ ਯੂਨੀਵਰਸਿਟੀ ਦਾ ਕੰਮ ਸੀਗਾ, ਉਹ ਟੈਕਨੀਕਲ ਯੂਨੀਵਰਸਿਟੀ ਦਾ ਉਹ ਬੰਦ ਕਰਕੇ ਵਾਪਸ ਕਿਤੇ ਸੁਣਿਆ ਕਿ ਯੂਨੀਵਰਸਿਟੀਆਂ ਨੂੰ ਤੁਸੀਂ ਕਹਿ ਦਿਓ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਨੂੰ ਆਪਾਂ ਦਰਜਾ ਦੇ ਕੇ ਇੰਨੀ ਵੱਡੀ ਉੱਥੇ ਬਿਲਡਿੰਗ ਬਣ ਰਹੀ ਹੈਗੀ। ਕਹਿਤਾ ਨਹੀਂ ਵੀ ਵਾਪਸ ਜਲੰਧਰ, ਜਿਹਨੇ ਯੂਨੀਵਰਸਿਟੀ ਨੇ ਜਿੱਥੇ ਜਾਣਾ ਉੱਥੇ ਜਾਏ। ਇਹ ਤਾਂ ਕਦੇ ਇਤਿਹਾਸ 'ਚ ਹੋਇਆ ਹੀ ਨਹੀਂ ਕਿ ਯੂਨੀਵਰਸਿਟੀਆਂ ਨੂੰ ਕਹਿੰਦਾ ਤੁਸੀਂ ਜਿਹਦੇ ਨਾਲ ਜੁੜਨਾ ਉਹਦੇ ਨਾਲ ਜੁੜ ਜਾਓ, ਹਰੇਕ ਯੂਨੀਵਰਸਿਟੀ ਨੂੰ ਕਿਸੇ ਨੂੰ ਦੱਸਿਆ ਜਾਂਦਾ ਹੈ। ਅਤੇ ਇੱਥੇ ਜੇ ਲੈ ਕੇ ਆਇਆ ਤਾਂ ਕਿ ਇੰਨੇ ਸਾਰੇ ਬੱਚਿਆਂ ਦਾ ਕੁਝ ਫਾਇਦਾ ਹੋ ਜਾਏ, ਇੱਥੇ ਆਪਣਾ ਇੱਕ ਸੈਂਟਰ ਬਣ ਜੂਗਾ, ਉਹ ਹੋਰ ਚੰਗੀ ਐਜੂਕੇਸ਼ਨ ਇੱਥੇ ਆਊਗੀ ਸੈਂਟਰਲ ਯੂਨੀਵਰਸਿਟੀ। ਹੁਣ ਏਮਸ ਨੂੰ ਹੀ ਦੇਖ ਲਓ, ਪਹਿਲੇ ਤਾਂ ਪੂਰਾ ਰੌਲਾ ਕੈਪਟਨ ਸਾਹਿਬ ਦਾ ਸੀ, ਧਰਨਾ ਲਾਵਾਂਗੇ ਇੱਥੇ ਏਮਸ ਨਹੀਂ ਆਊਗਾ। ਹੁਣ ਏਮਸ ਦਾ ਇੰਨਾ ਵੱਡਾ ਪ੍ਰੋਜੈਕਟ ਆਇਆ ਹੈ ਅਤੇ ਕਲੀਅਰੈਂਸਿਸ ਹੀ ਨਹੀਂ ਦੇ ਰਹੇ, ਪਹਿਲੇ ਇੱਕ ਕਾਰਨ ਰੋਕ ਕੇ ਰੱਖਿਆ, ਹੁਣ ਇਰੀਗੇਸ਼ਨ ਡਿਪਾਰਟਮੈਂਟ ਨੇ ਹੁਣ ਉਹਦੀ ਕੰਧ ਹੀ ਨਹੀਂ ਪੂਰੀ ਹੋ ਰਹੀ, ਕੰਮ ਅੱਗੇ ਨਹੀਂ ਵਧਣ ਦੇ ਰਹੇ। ਅਤੇ ਇਹ ਸਰਕਾਰ ਨੇ ਆਪ ਤਾਂ ਕੀ ਕਰਨਾ, ਜਿਹੜੇ ਚੰਗੇ ਚੱਲਦੇ ਹੋਏ ਕੰਮ ਸੀਗੇ ਉਹਨਾਂ ਨੂੰ ਵੀ ਠੱਪ ਕਰਨ 'ਚ ਲੱਗੇ ਹੋਏ ਨੇ, ਇਹਨਾਂ ਨੂੰ ਪਰਵਾਹ ਹੀ ਨਹੀਂ। ਕੈਪਟਨ ਸਾਹਿਬ ਨੇ ਤਾਂ ਕਹਿਤਾ ਸੀ ਮੇਰਾ ਅਖੀਰਲਾ ਇਲੈਕਸ਼ਨ ਹੈ, ਇਕੱਲੇ ਨੋਟਾਂ ਕਮਾਉਣ 'ਚ ਸਾਰੇ ਰੁੱਝੇ ਹੋਏ ਨੇ, ਭਾਵੇਂ ਪ੍ਰਸ਼ਾਸਨ ਹੋਏ, ਭਾਵੇਂ ਸਰਕਾਰ ਹੋਏ, ਭਾਵੇਂ ਮੰਤਰੀ ਹੋਏ। ਅਤੇ ਵਿੱਤ ਮੰਤਰੀ ਸਾਹਿਬ ਨੂੰ ਤਾਂ ਗੱਲਾਂ ਦੇ ਸਿਵਾ ਹੋਰ ਆਉਂਦਾ ਹੀ ਨਹੀਂ ਹੈਗਾ, ਕਿਉਂਕਿ ਚੋਰ ਮੈਨੀਫੈਸਟੋ, ਜਿਹੜੇ ਕਰਜ਼ੇ ਮਾਫੀ ਦੀ ਗੱਲ, ਨੌਕਰੀ, ਇਹ ਸਾਰੀ ਇਹਨਾਂ ਦੀ ਦੇਣ ਸੀਗੀ। ਮੈਨੂੰ ਲੱਗਦਾ ਬਠਿੰਡੇ 'ਚ ਕਿਸੇ ਦਾ ਨਾ ਕਰਜ਼ਾ ਮਾਫ ਹੋਏ ਤਾਂ ਨਾ ਹੀ ਕੋਈ ਲੋਨ ਮਾਫ ਹੋਏ ਤਾਂ ਨਾ ਹੀ ਕੋਈ ਗ੍ਰਾਂਟ ਆਏ। ਅਤੇ ਹੋਰ ਪੰਜਾਬ 'ਚ ਕੀ ਹੋਣਾ, ਤਾਂ ਗੱਪਿਆਂ ਦੀ ਗਪੌੜੀ ਸਰਕਾਰ ਹੈਗੀ, ਗੱਪੇ ਮਾਰ ਮਾਰ ਕੇ ਲੋਕਾਂ ਤੋਂ ਸਰਕਾਰ ਬਣਾਤੀ, ਹੁਣ ਗੱਲਾਂ ਦੇ ਨਾਲ ਟਾਲ ਟਾਲ ਕੇ 5 ਸਾਲ ਟਪਾ ਦੇਣਗੇ।